ਉਹ ਪ੍ਰੋਫਾਈਲਾਂ ਜਿਹੜੀਆਂ ਸਿੱਧੇ ਤੌਰ ਤੇ ਪੀਆਰ ਦੇ ਹੱਕਦਾਰ ਸੀ ਬਟ ਫਿਰ ਵੀ ਉਹਨਾਂ ਨੂੰ ਏਜੰਟ ਨੇ ਘੱਟ ਜਾਣਕਾਰੀ ਕਰਕੇ ਜਾਂ ਇਹ ਕਹਿ ਲਈਏ ਕਿ ਛੇਤੀ ਪੈਸੇ ਬਣਦੇ ਆ ਸਟੱਡੀ ਵੀਜ਼ਾ 'ਚ ਇਹ ਕਹਿ ਕੇ ਇਹ ਸੋਚ ਕੇ ਕਿਸੇ ਕਾਲਜ ਸਾਲ ਸਾਲ ਦੇ ਡਿਪਲੋਮੇ ਤੱਕ ਕਿਸੇ ਵੀ ਫੀਲਡ 'ਚ ਤੁਹਾਡੇ ਕੋਲ 2 ਤੋਂ 3 ਸਾਲ ਦਾ ਐਕਸਪੀਰੀਅੰਸ ਹੈ ਆਈਲਟਸ ਤੁਹਾਡੇ 5.56 ਬੈਂਡ ਹੈ ਤੁਸੀਂ ਸਿੱਧੇ ਤੌਰ 'ਤੇ ਇੱਥੇ ਕੈਨੇਡਾ 'ਚ ਪੀਆਰ ਲੈ ਕੇ ਆ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ RS ਗਲੋਬਲ ਦੇ ਇਮੀਗ੍ਰੇਸ਼ਨ ਦੇ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਅੱਜ ਥੋੜ੍ਹਾ ਜਿਹਾ ਬਾਹਰ ਆ ਕੇ ਸੜਕਾਂ 'ਤੇ ਘੁੰਮ ਕੇ ਤੁਹਾਡੇ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਆ ਜੋ ਤੁਸੀਂ ਦੇਖ ਰਹੇ ਹੋ ਇਹ ਉਹ ਕੈਨੇਡਾ ਜਿਹੜਾ ਪੰਜਾਬ 'ਚ ਬੈਠੇ ਇੱਕ ਬੱਚੇ ਦੇ ਸੁਪਨਿਆਂ 'ਚ ਘੁੰਮਦਾ ਇਹ ਉਹ ਕੈਨੇਡਾ ਦੇਖੋ ਤੁਸੀਂ ਇਸ ਟਾਈਮ ਛੁੱਟੀ ਦਾ ਟਾਈਮ ਹੈ ਸ਼ਾਮ ਦੇ 5:30 ਵੱਜ ਗਏ ਉਹ ਲੰਬੀਆਂ ਲਾਈਨਾਂ ਦੇਖੋ ਇਹ ਮਿਸੀਸਾਗਾ ਦੀ ਰੋਡ 'ਤੇ ਆਪਾਂ ਖੜ੍ਹੇ ਹਾਂ ਔਰ ਮਿਸੀਸਾਗਾ ਡੇਅਰੀ ਇੰਟਰਸੈਕਸ਼ਨ ਹੈ ਨਾਲ ਡਿਕਸੀ ਦਾ ਉਹ ਲੰਬੀ ਲੰਬੀ ਲਾਈਨਾਂ ਲੱਗੀਆਂ ਵੀ ਦੇਖੋ ਤੁਸੀਂ ਇਹ ਉਹ ਕੈਨੇਡਾ ਜੋ ਬੱਚਿਆਂ ਦੇ ਸੁਪਨਿਆਂ 'ਚ ਘੁੰਮਦਾ ਇਹ ਉਹ ਕੈਨੇਡਾ ਜਿਹਨੇ ਪੰਜਾਬ ਦੇ ਵਿੱਚ ਬੱਚਿਆਂ ਦੇ ਮਾਂ ਪਿਓ ਦੀ ਨੀਂਦ ਉਡਾਈ ਪਈ ਹੈ ਪਰ ਅੱਜ ਕੁਝ ਗੱਲਾਂ ਕਰ ਅੱਜ ਮੈਂ ਤਕਰੀਬਨ ਇਹੋ ਜਿਹੇ 3 ਸਟੂਡੈਂਟ ਨੂੰ ਮਿਲਿਆ ਜਿਹੜੇ ਇੰਡੀਆ 'ਚ ਬੀਟੈਕ ਹੋਲਡਰ ਐਮਟੈਕ ਹੋਲਡਰ ਮਾਸਟਰ ਡਿਗਰੀ ਕੀਤੀ ਬੱਚਿਆਂ ਨੇ ਔਰ ਆਇਲਸੋਂ 7.58 ਬੈਂਡਸ 7 ਬੈਂਡ 6.5 ਬੈਂਡ ਸੋ ਉਹ ਪ੍ਰੋਫਾਈਲਾਂ ਜਿਹੜੀਆਂ ਸਿੱਧੇ ਤੌਰ 'ਤੇ PR ਦੇ ਹੱਕਦਾਰ ਸੀ ਐਲੀਜੀਬਲ ਸੀ ਬਟ ਫਿਰ ਵੀ ਉਹਨਾਂ ਨੂੰ ਏਜੰਟ ਨੇ ਘੱਟ ਜਾਣਕਾਰੀ ਕਰਕੇ ਜਾਂ ਇਹ ਕਹਿ ਲਈਏ ਕਿ ਛੇਤੀ ਪੈਸੇ ਬਣਦੇ ਆ ਸਟੱਡੀ ਵੀਜ਼ਾ 'ਚ ਇਹ ਕਹਿ ਕੇ ਇਹ ਸੋਚ ਕੇ ਕਿਸੇ ਕਾਲਜ ਸਾਲ ਸਾਲ ਦੇ ਡਿਪਲੋਮੇ ਤੱਕ ਦਿੱਤਾ ਬੜਾ ਦੁੱਖ ਲੱਗਦਾ ਉਦੋਂ ਇਸ ਬੱਚੇ ਵੱਲ ਸੋਚ ਕੇ ਕਿ ਜਦੋਂ ਪਤਾ ਕਿ ਯਾਰ ਇੱਕ ਬੱਚੇ ਦੀ ਫਾਈਲ 'ਚ 6 ਮਹੀਨੇ 'ਚ PR ਐਲੀਜੀਬਲ ਹੈ ਫਿਰ ਹੀ ਬੱਚਾ ਨਾ ਜਾਣਕਾਰੀ ਹੋਣ ਕਰਕੇ ਜਾਂ ਐਕਸਪੀਰੀਅੰਸ ਦੀ ਘਾਟ ਕਰਕੇ ਲੈਕ ਆਫ ਨੌਲੇਜ ਕਰਕੇ ਸਟੱਡੀ ਵੀਜ਼ੇ 'ਤੇ ਆ ਪੈਂਦਾ ਬੱਚੇ ਤਾਂ ਬੜੇ ਇੱਥੇ ਵੇਖਣ ਨੂੰ ਮਿਲੇ ਬਟ ਦੁੱਖ ਉਦੋਂ ਲੱਗਦਾ ਜਦੋਂ ਇੱਕ ਬੱਚਾ ਉਹ ਮਿਲਦਾ ਜਿਹੜਾ ਸਿੱਧੇ ਤੌਰ 'ਤੇ PR 'ਤੇ ਆ ਸਕਦਾ ਸੀ ਬਟ ਫਿਰ ਵੀ ਉਹ ਗਲਤ ਸਲਾਹ ਦੇ ਚੱਕਰਾਂ 'ਚ ਸਿਰਫ ਇੱਕ ਸਟੱਡੀ ਵੀਜ਼ਾ ਲੈ ਕੇ ਆ ਜਾਂਦਾ ਦੋਸਤੋ ਅਗਰ ਤੁਸੀਂ ਗ੍ਰੈਜੂਏਟ ਹੋ ਤੁਹਾਡੇ ਕੋਲ 2 ਤੋਂ 3 ਸਾਲ ਦਾ ਕਿਸੇ ਵੀ ਚੀਜ਼ ਦਾ ਕਿਸੇ ਵੀ ਫੀਲਡ ਵਿੱਚ ਮਾਰਕੀਟਿੰਗ 'ਚ ਅਕਾਊਂਟਿੰਗ 'ਚ ਬੁੱਕ ਕੀਪਿੰਗ 'ਚ ਸੁਪਰਵਾਈਜ਼ਰ ਕਿਸੇ ਵੀ ਫੀਲਡ 'ਚ ਤੁਹਾਡੇ ਕੋਲ 2 ਤੋਂ 3 ਸਾਲ ਦਾ ਐਕਸਪੀਰੀਅੰਸ ਹੈ ਆਇਲਟਸ ਤੁਹਾਡੇ 5.56 ਬੈਂਡ ਹੈ ਤੁਸੀਂ ਸਿੱਧੇ ਤੌਰ 'ਤੇ ਇੱਥੇ ਕੈਨੇਡਾ 'ਚ PR ਲੈ ਕੇ ਆ ਸਕਦੇ ਹੋ ਅਲੱਗ ਅਲੱਗ ਪ੍ਰੋਵਿੰਸ ਵਿੱਚ ਅਲੱਗ ਅਲੱਗ PNPs ਨੇ ਓਨਟੈਰੀਓ ਦੇ ਅਲੱਗ ਰੂਲ ਨੇ ਅਲਬਰਟਾ ਦੇ ਅਲੱਗ ਰੂਲ ਨੇ BC ਦੇ ਅਲੱਗ ਰੂਲ ਨੇ ਸੋ ਅਗਰ ਮੈਨੀਟੋਬਾ ਜਾਂਦੇ ਹੋ ਅਲੱਗ ਰੂਲ ਨੇ ਸੋ ਸਾਰੀ ਜਾਣਕਾਰੀ ਇਕੱਠੀ ਕਰਨੀ ਬੜੀ ਜ਼ਰੂਰੀ ਅੱਜ ਦੀ ਡੇਟ 'ਚ ਗੂਗਲ 'ਤੇ ਸਭ ਕੁਝ ਅਵੇਲੇਬਲ ਆ ਅਗਰ ਨਹੀਂ ਜਾਣਕਾਰੀ ਇਕੱਠੀ ਹਾਸਲ ਕਰ ਸਕਦੇ ਕਿਸੇ ਚੰਗੇ ਕੰਸਲਟੈਂਟ ਦੀ ਸਲਾਹ ਲੈ ਲਓ ਸੋ ਜ਼ਰੂਰੀ ਨਹੀਂ ਕਿ ਸਟੱਡੀ ਵੀਜ਼ਾ 'ਤੇ ਆਇਆ ਜਾਂਦਾ ਤੁਸੀਂ ਇੱਥੇ ਕੈਨੇਡਾ ਵਿੱਚ ਤਕਰੀਬਨ ਇਹੋ ਜਿਹੇ 18 ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਨੇ ਜਿਹਨਾਂ ਤੁਸੀਂ ਇੱਥੇ ਪਰਿਵਾਰ ਨਾਲ ਪੱਕੇ ਤੌਰ 'ਤੇ ਆ ਸਕਦੇ ਹੋ ਮੈਂ ਇੱਕ +2 ਪੜ੍ਹੇ ਬੱਚੇ ਦੀ ਗੱਲ ਨਹੀਂ ਕਰ ਰਿਹਾ ਇੱਕ 18-20 ਸਾਲ ਦੇ ਬੱਚੇ ਦੀ ਗੱਲ ਨਹੀਂ ਕਰ ਰਿਹਾ ਇੱਕ ਜਿਹੜਾ 20-22 ਸਾਲ ਤੋਂ ਉੱਪਰ ਦਾ ਸਟੂਡੈਂਟ ਜਿਹਨੇ ਗ੍ਰੈਜੂਏਸ਼ਨ ਕਰ ਲਈ ਜਿਹਦੇ ਕੋਲ 2-3 ਸਾਲ ਦਾ ਐਕਸਪੀਰੀਅੰਸ ਆਇਲ ਸੋ 6 ਬੈਂਡ 6.5 ਬੈਂਡ ਹੈ ਉਹ ਸਿੱਧੇ ਤੌਰ 'ਤੇ ਇੱਥੇ PR ਲੈ ਕੇ ਆ ਸਕਦਾ ਸਟੱਡੀ ਵੀਜ਼ੇ 'ਤੇ ਆਉਣ ਦੀ ਲੋੜ ਨਹੀਂ ਗਲਤ ਇਨਫੋਰਮੇਸ਼ਨ ਲੈ ਕੇ ਜਾਂ ਗਲਤ ਸਲਾਹ ਲੈ ਕੇ ਆਪਣਾ ਕਰੀਅਰ ਆਪਣਾ ਪੈਸਾ ਖਰਾਬ ਤਾਂ ਕਰ ਦਿਓ ਇੱਥੇ ਕਿ ਫਿਰ ਬੱਚੇ ਰੁਲਦੇ ਦੇਖੇ ਮੈਂ ਬੱਚੇ ਕਹਿੰਦੇ ਨੇ ਕਿ ਕੈਨੇਡਾ 'ਚ ਕੰਮ ਨਹੀਂ ਯੈਸ ਕੁਛ ਕਿਹੋ ਜਿਹੇ ਪ੍ਰੋਵਿੰਸਸ ਨੇ ਕੁਛ ਕਿਹੋ ਜਿਹੇ ਸ਼ਹਿਰ ਨੇ ਜਿਹਨਾਂ ਜਿੱਥੇ ਕੰਮ ਦੀ ਦਿੱਕਤ ਕਿਹਨਾਂ ਨੂੰ ਆ ਹੁਣ ਸਟੂਡੈਂਟ ਨੂੰ ਪਾਰਟ ਟਾਈਮ ਕੰਮ ਲਈ ਇੰਪਲੋਇਰ ਹਾਂ ਨਹੀਂ ਕਰਦਾ ਕਿ ਉਹਨਾਂ ਨੂੰ ਫੁੱਲ ਟਾਈਮ ਇੰਪਲੋਈ ਚਾਹੀਦੇ ਹੁੰਦੇ ਆ ਸੋ ਆਫਕੋਰਸ ਕਿਤੇ ਕਿਤੇ ਏਰੀਆ 'ਚ ਕੰਮ ਦੀ ਦਿੱਕਤ ਜ਼ਰੂਰ ਆ ਬਟ ਅਗਰ ਅਸੀਂ ਚੰਗੀ ਇਨਫੋਰਮੇਸ਼ਨ ਲੈ ਕੇ ਚੰਗੀ ਰਿਸਰਚ ਕਰਕੇ ਕੈਨੇਡਾ 'ਚ ਆਵਾਂਗੇ ਤਾਂ ਸਮੱਸਿਆ ਨਹੀਂ ਪਏਗੀ RS ਗਲੋਬਲ ਦੇ ਕੋਲ ਇਹੋ ਜਿਹੀਆਂ ਕਈ ਆਪਸ਼ਨ ਅਵੇਲੇਬਲ ਆ ਕੋਈ ਮੈਂ ਇੱਕ ਸਕੀਮ ਦੀ ਗੱਲ ਨਹੀਂ ਕਰ ਰਿਹਾ ਤਕਰੀਬਨ 18 ਇਹੋ ਜਿਹੀਆਂ ਲੀਗਲ ਸਕੀਮ ਨੇ ਫੈਡਰਲ ਗਵਰਨਮੈਂਟ ਦੀਆਂ ਅਲੱਗ ਨੇ PNPs ਦੀਆਂ ਅਲੱਗ ਨੇ ਜਿੱਥੇ ਤੁਸੀਂ ਆਪਣੇ ਪਰਿਵਾਰ ਨਾਲ ਪੱਕੇ ਤੌਰ 'ਤੇ ਆ ਸਕਦੇ ਹੋ ਤੁਸੀਂ BCOM ਕੀਤੀ ਤੁਹਾਡੇ ਕੋਲ ਅਕਾਊਂਟਿੰਗ ਦਾ ਐਕਸਪੀਰੀਅੰਸ ਬੁੱਕ ਕੀਪਿੰਗ ਦਾ ਐਕਸਪੀਰੀਅੰਸ ਹੈ ਤੁਸੀਂ ਗ੍ਰੈਜੂਏਸ਼ਨ ਕੀਤੀ ਤੁਹਾਡੇ ਕੋਲ ਮਾਰਕੀਟਿੰਗ ਦਾ ਕੋਈ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਹੈ ਤੁਸੀਂ ਕੋਈ ਮਕੈਨੀਕਲ ਦੇ ਵਿੱਚ ਡਿਗਰੀ ਕੀਤੀ ਤੁਹਾਡੇ ਕੋਲ ਮਕੈਨੀਕਲ ਦਾ ਐਕਸਪੀਰੀਅੰਸ ਹੈ ਤੁਸੀਂ IT ਫੀਲਡ ਦੇ ਬੰਦੇ ਹੋ ਤੁਹਾਡੇ ਕੋਲ ਕੰਪਿਊਟਰ ਦਾ IT ਦਾ ਕੋਈ ਐਕਸਪੀਰੀਅੰਸ ਹੈ ਤੁਹਾਡੇ ਕੋਲ +2 ਪਾਸ ITI ਕੀਤੀ ਡਿਪਲੋਮਾ ਕੀਤਾ ਮਕੈਨੀਕਲ ਦਾ ਇਲੈਕਟ੍ਰੀਸ਼ਨ ਦਾ ਪਲੰਬਰ ਦਾ ਜਾਂ ਵੈਲਡਰ ਦਾ ਕਾਰਪੈਂਟਰ ਦਾ ਤੁਹਾਡੇ ਕੋਲ 2 ਤੋਂ 3 ਸਾਲ ਦਾ ਐਕਸਪੀਰੀਅੰਸ 5.5 ਬੈਂਡ ਹੈ ਟ੍ਰੇਡ ਦੇ ਵਿੱਚ ਆ ਸਕਦੇ ਹੋ ਸੋ ਕਈ ਇਹੋ ਜਿਹੀਆਂ ਕੈਟਾਗਰੀਜ਼ ਹੈ ਜਿਸ 'ਚ ਤੁਸੀਂ ਕੈਨੇਡਾ 'ਚ ਪੱਕੇ ਤੌਰ 'ਤੇ ਪਰਿਵਾਰ ਨਾਲ ਆ ਸਕਦੇ ਹੋ ਸਟੱਡੀ ਵੀਜ਼ਾ 'ਤੇ ਆਉਣ ਦੀ ਲੋੜ ਨਹੀਂ ਯੈਸ ਇੱਕ ਸਟੂਡੈਂਟ ਜਿਹਨੇ 12ਵੀਂ ਪਾਸ ਕੀਤੀ 18 ਸਾਲ 19 ਸਾਲ 20 ਸਾਲ ਦੀ ਉਮਰ ਹੈ
उन्होंने जरूर कैनेडा स्टडी वीज़ा तो होना चाहिए, पढ़ाई करे, अपनी एजुकेशन लवे, इतों के एक्सपीरियंस एक्सप्लोर करे, वो बैटर ऑप्शन। पर जो एक भी बई साल तो उपर एप्लीकेंट आ ग्रैजुएशन होल्डर है वो को पढ़ाई तो अलावा पी आर दिसदे तौर पर आने परिवार के नाल योजे कई मौके ऑप्शन अवेलेबल आ, उन्होंने सारे दिल तुम इस टाइम कैनेडा से मैं मिलना चाहते हो तो मेरी टीम परमिट बना के मेरे मिले जा सकता। इस टाइम मैं फिलहाल ओंटेरियो प्रोविंस के बच्चा, सो अगले हले लगभग एक महीना इतने ही है। सो अगर कोई भी एप्लीकेंट मेरे नाल मिलना चाहता है तो मैं इतने मिसिसागा ऑफिस अवेलेबल हाँ, नंबर 365-773-4555 मेरा कैनेडा का नंबर है, या फिर जो इंडिया का नंबर तुम उससे कॉल करके मेरे नाल अपनी परमिट बना के मिल सकते हो। नवी अपडेट लैके स्टूडेंट वीज़ा बारे तो फिर रूबरू होगा, तद तक जो वास्ते रहो, रब रखा, सत श्री अकाल।